औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम दोस्तों, की हाल चाल है? उम्मीद है कि सब खैरियत नाल ही होंगे। दोस्तों अज फरुखाबाद दे साइड ते डेरा कबूआ तो एसन कंबोज साहब ने उन्होंने तुहानूं शौक कराने उन्होंने ब्रीडर कबूतरां दा और परवाजी कबूतरां दा, जेड़े कि माशाल्लाह गाजी टूरनामेंट से कंग टूरनामेंट फरुखाबाद उड़ते हैं और माशाल्लाह इन्हों का बहुत प्यारा रिजल्ट है। और माशाल्लाह छत का व्यू देखो कि खूबसूरत है, बाहर पैलियों से हर तरफ हरियाली हरियाली देखो दोस्तों। माशाल्लाह दूर 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 तक कोई चीज़ नहीं हैगी और बहुत ही प्यारी और बहुत प्यारा सैटअप और माशाल्लाह बहुत ही खूबसूरत। अस्सलामु अलैकुम। वालेकुम सलाम। ऐसन भाई की हाल चाल है? ठीक ठाक हो? शुक्र अल्लाह दा भाई। सुनाओ कैसा शौक जा रहा? अल्हम्दुलिल्लाह सब खैर करिए। तो हुण तुसीं दोस्तां नूं अपने अच्छे जिहे ब्रीडर कबूतरां दा शौक कराओ। और दोस्तों नाल अपना राणा साजिद साहब भी आए ने अज शौक करन वास्ते। राणा साहब अस्सलाम वालेकुम। वालेकुम सलाम। की हाल चाल है? ठीक ठाक हो? अल्हम्दुलिल्लाह दुआवां। हुण तुसीं अपना नाले शौक करो ते नाले सानूं दोस्तां नूं शौक कराओ अपने ऐसन भाई दा। जी ऐसन भाई कराओ, किहड़े कबूतर दा शौक कराउण लगे तुसीं? है जी साडा इक सफेद कबूतर है जी। जी बहुत अच्छे बच्चे उड़ाउंदा। ठीक हो गए तुहानूं पट्टियां पट्टियां दा भी शौक करवाने आ जी। जी देखो दोस्तों हुण इहदा पर देखो, पर दिखाओ माशाल्लाह। लो दोस्तों माशाल्लाह कबूतर दा पर देखो जी। ठीक हो गया, ठीक हो गया। अख दिखाओ जी माशाल्लाह। ये पंजे दिखाओ, ठीक हो गया। ये नर जे जी है, इंदा पट्ठा है जनाब माशाल्लाह। दोस्तों परा देखो, दूसरी साइड दिखाओ माशाल्लाह। पर देखो दोस्तों, दुम्ब दिखाओ ये। तो दोस्तों माशाल्लाह दुम्ब का बैलेंस देखो। पंजे दिखाओ, अखां दिखाओ जी माशाल्लाह। दोस्तों माशाल्लाह देखो सफेद कबूतर दे पट्ठियां पट्ठे माशाल्लाह। ठीक हो गया, ठीक हो गया जी। ਨਾਂ ਦੀ ਮਾਂ ਹੈ ਪੱਠੀਆਂ ਪੱਠੀਆਂ ਦੀ ਜੀ। ਸਫੇਦ ਕਬੂਤਰ ਦੇ ਨਾਲ ਜਿਹੜੀ ਲੱਗੀ ਹੈ ਜੀ, ਠੀਕ ਹੋ ਗਿਆ। ਕੱਟੀ ਹੋਈ ਹੈ ਦੂਸਰੀ ਸਾਈਡ, ਆਪਣਾ ਅੱਖ ਦਿਖਾਓ। ਪੰਜੇ ਦਿਖਾਓ ਜੀ। ਅਸਨ ਬਾਈ ਇਹ ਕਿਹੜਾ ਕਬੂਤਰ ਵਹਾਉਣ ਲੱਗੇ ਤੁਸੀਂ? ਇਹ ਜੀ ਸਾਡਾ ਮੋਰਾਂ ਵਾਲਾ ਕਬੂਤਰ ਮਸ਼ਹੂਰ ਹੈ ਜੀ। ਜੀ ਇਹ ਖੁਦ ਵੀ ਉੱਡਦਾ ਹੈ ਤੇ ਬੱਚੇ ਵੀ ਉਡਾਉਂਦਾ ਹੈ ਜੀ। ਸ਼ੌਕ ਰਹੋ ਦੋਸਤ। ਐ ਦੇਖੋ ਕਿੰਨੇ ਵਜੇ ਤੱਕ ਉੱਡਿਆ ਸਰ ਭਾਈ? ਇਹ ਬਾਜੀ ਬਾਜੀ ਦੇ ਵਿੱਚ 5:30-6 ਦਾ ਬੈਠਾ ਹੈ ਟੈਂਪਰੇਚਰ। ਬੱਚੇ ਕੀ ਡਾ ਰਿਹਾ? ਬੱਚੇ ਜੀ ਦੂਸਰੀ ਤੀਸਰੀ ਫੜ ਕੇ ਤਕਰੀਬਨ 2:30-3 ਤੇ 4 ਪੰਜੇ ਦਿਖਾਓ ਮਾਸ਼ਾਅੱਲਾ ਖੁਸ਼ਕ ਔਰ ਜਾਮਨੀ ਪੰਜੇ। ਅੱਖਾਂ ਦਿਖਾਓ ਠੀਕ ਹੋ ਗਿਆ। ਉਹ ਸਲਾਰੇ ਕਬੂਤਰ ਦੇ ਨਾਲ ਦੀ ਮੰਦੀ ਹੈ ਮਾਸ਼ਾਅੱਲਾ। ਬਾਹਰ ਦੇ ਪਰ ਦੇਖੋ ਦੋਸਤੋ, ਅੱਖ ਦਿਖਾਓ ਠੀਕ ਹੋ ਗਿਆ, ਠੀਕ ਹੋ ਗਿਆ। ਪੰਜੇ ਦਿਖਾਓ ਠੀਕ ਹੋ ਮਾਸ਼ਾਅੱਲਾ ਖੁਸ਼ਕ ਔਰ ਜਾਮਨੀ ਪੰਜੇ। ਦੁੰਮ ਦੇਖੋ ਦੋਸਤੋ ਮਾਸ਼ਾਅੱਲਾ ਕਿੰਨਾ ਪਿਆਰਾ ਬੈਲੈਂਸ ਹੈ ਜੀ। ਆਸਨ ਬਾਈ ਇਹ ਸਾਜਿਦ ਭਾਈ ਸਾਡਾ ਖੱਪਿਆਂ ਵਾਲਾ ਕਬੂਤਰ ਹੈ, ਮਸ਼ਹੂਰ ਹੈ ਸ਼ਹਿਰ ਤੋਂ ਹੋਰ ਸਿੰਘ ਕਲੋਨੀ ਤੋਂ ਜੀ। ਅਤੇ ਮੇਰਾ ਘਰ ਕਬੂਤਰ ਬਾਜ਼ੀਆਂ 'ਚ 5-6 ਟੂਰਨਾਮੈਂਟਾਂ 'ਚ ਉੱਡਿਆ ਅਤੇ ਬੱਚੇ ਵੀ ਬਹੁਤ ਅੱਛੇ ਉਡਾਉਂਦਾ। ਮੈਂ ਹੁਣ ਇਸ ਤੋਂ ਇਹਨੂੰ ਉਡਾਉਂਦਾ ਨਹੀਂ ਹੈ ਅਤੇ ਇਹਨੂੰ ਜੋੜੇ ਪਾ ਲਿਆ। ਮਾਸ਼ਾਅੱਲਾ ਜੀ ਫਿਰੋਜ਼ਪੁਰੀ ਕਬੂਤਰ ਹੈ, ਫਿਰੋਜ਼ਪੁਰੀਆਂ ਕਬੂਤਰਾਂ 'ਚ ਬਣਿਆ ਹੈ ਕਬੂਤਰ। ਠੀਕ ਹੋ ਗਿਆ, ਦੁੰਮ ਦਿਖਾ ਠੀਕ ਹੋ ਗਿਆ ਮਾਸ਼ਾਅੱਲਾ। ਦੋਸਤੋ ਦੁੰਮ ਦਾ ਬੈਲੈਂਸ ਦੇਖੋ ਕਿੰਨਾ ਆ ਰਿਹਾ ਜੀ। ਆਸਨ ਬਾਈ
ਇਹ ਇਹਦੇ ਨਾਲ ਮਾਦੀ ਲੱਗੀ ਹੈ ਜੀ 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 ਅਤੇ ਸਾਡੇ ਇੱਥੇ ਮੇਰੇ ਕੋਲ ਜੇਠ ਦੇ ਵਿੱਚ ਸੱਤਾਂ ਬਾਜ਼ੀਆਂ 'ਚ ਵੀ ਇਹ ਉੱਡੀ ਹੈ ਟੂਰਨਾਮੈਂਟਾਂ 'ਚ ਵੀ ਇਹ ਉੱਡੀ ਹੈ ਅਤੇ ਸਭ ਤੋਂ ਪੁਰਾਣੀ ਮਾਦੀ ਸਾਡੇ ਕੋਲ ਇਹ ਹੀ ਹੈ ਜਿਹੜੀ ਮੇਰੇ ਕੋਲ ਪੁਰਾਣੀ ਉੱਡਦੀ ਆ ਰਹੀ ਹੈ ਹਰ ਬਾਜ਼ੀ 'ਚ ਇਹਦੇ ਬੱਚਿਆਂ ਦਾ ਕੀ ਕੋਈ ਰਿਜ਼ਲਟ ਹੈ ਅਸਨ ਬਾਈ ਬਹੁਤ ਅੱਛੇ ਬੱਚੇ ਇਹਦੇ ਉੱਡਦੇ ਇਸ ਲਈ ਭਾਅ ਜੀ ਇਹ ਉਡਾ ਹੀ ਨਹੀਂ ਰਹੇ ਅਸੀਂ ਠੀਕ ਹੈ ਮਾਸ਼ਾਅੱਲਾ ਦੋਸਤੋ ਦੁੰਮ ਦੇਖੋ ਜੀ ਅਸਨ ਬਾਈ ਇਹ ਸਾਡਾ ਟੈਡੀ ਕਬੂਤਰ ਹੈ ਜਨਾਬ ਜੀ ਜੀ ਠੀਕ ਹੋ ਗਿਆ ਇਹ ਉਡਾਇਆ ਉਡੁਆ ਨਹੀਂ ਇਹ ਬਹੁਤ ਅੱਛੇ ਪਿੱਛੋਂ ਗਰੰਟੀ ਛੁੜਾ ਸਾਨੂੰ ਆਇਆ ਸੀ ਜੀ ਜੀ ਅਤੇ ਬੱਚੇ ਬਹੁਤ ਅੱਛੇ ਉਡਾਉਂਦਾ ਹੈ ਤੋ ਦੋਸਤੋ ਮਾਸ਼ਾਅੱਲਾ ਇਹਦੀ ਅੱਖ ਦੇਖੋ ਟੈਡੀ ਕਬੂਤਰ ਠੀਕ ਹੋ ਗਿਆ ਪੰਜੇ ਦਿਖਾਓ ਮਾਸ਼ਾਅੱਲਾ ਖੁਸ਼ਕ ਔਰ ਜਾਮ ਨਹੀਂ ਪੰਜੇ ਦੁੰਮ ਦਾ ਬੈਲੈਂਸ ਦੇਖੋ ਦੋਸਤੋ ਮਾਸ਼ਾਅੱਲਾ ਜੀ ਦੋਸਤੋ ਜਿਹੜਾ ਪਹਿਲੇ ਨਰ ਦਿਖਾਇਆ ਮਾਦੀ ਉਹਦੇ ਨਾਲ ਲੱਗੀ ਹੋਈ ਹੈ ਇਹ ਝੋਲੇ ਵਾਲੀ ਮਾਦੀ ਹੈ ਜੀ ਜੀ ਝੋਲੇ ਵਾਲੀ ਤਾਂ ਨਾਮ ਮਸ਼ਹੂਰ ਹੈ ਮਾਦੀ ਇਹ ਗੋਲਡਨ ਬੱਚੇ ਚਿੱਟੇ ਵੀ ਕੱਢਦਾ ਹੈ ਇਹਦੇ ਬੱਚਿਆਂ ਦਾ ਕੀ ਕੋਈ ਰਿਜ਼ਲਟ ਹੈ ਅਸਨ ਬਾਈ ਭਾਜੀ ਮੇਰੇ ਕੋਲ ਇੱਥੇ ਪੱਠੀਆਂ ਪੱਠੇ ਇਹਦੇ ਚਾਰ ਨੇ ਜੀ ਬਹੁਤ ਅੱਛਾ ਰਿਜ਼ਲਟ ਹੈ ਇਹਨਾਂ ਬਾਜ਼ੀਆਂ 'ਚ ਵੀ ਉੱਡਦੇ ਨੇ ਤੁਹਾਡੇ ਕੋਲ ਦੁੰਮ ਦਿਖਾਓ ਮਾਸ਼ਾਅੱਲਾ ਠੀਕ ਜੀ ਅਸਨ ਬਾਈ ਆ ਕਿਹੜਾ ਕਬੂਤਰ ਜੇ ਇਹ ਜੀ ਗੋਲਡਨ ਕਬੂਤਰ ਹੈ ਠੀਕ ਹੋ ਗਿਆ ਲਓ ਦੋਸਤੋ ਮਾਸ਼ਾਅੱਲਾ ਅੱਖ ਦੇਖੋ ਠੀਕ ਹੋ ਦੋਸਤੋ ਖੁਸ਼ਕ ਔਰ ਜਾਮ ਨਹੀਂ ਪੰਜੇ ਮਾਸ਼ਾਅੱਲਾ ਠੀਕ ਦੁੰਬ ਦੇਖੋ ਦੋਸਤੋ ਮਾਸ਼ਾਅੱਲਾ ਇੱਕ ਪਤਾ ਮਾਸ਼ਾਅੱਲਾ ਦੋਸਤੋ ਇਹ ਗੋਲਡਨ ਕਬੂਤਰ ਨਾਲ ਗੋਲਡਨ ਮਾਦੀ ਲਗਾਈ ਹੋਈ ਹੈ ਮਾਸ਼ਾਅੱਲਾ ਦੇਖੋ ਪੱਠੀ ਕਿੰਨੀ ਖੂਬਸੂਰਤ ਹੈ ਇਹ ਕਬੂਤਰ ਬਾਹਰ ਛੱਡਦੇ ਨੇ ਛੱਤ ਦੇ ਉੱਤੇ ਦੇਖੋ ਜਦੋਂ ਪਰ ਕੱਟੇ ਹੋਏ ਨੇ ਔਰ ਉੱਤੋਂ ਕਰੀਜ਼ ਵੀ ਪਈ ਹੋਈ ਹੈ ਕਬੂਤਰਾਂ ਨੂੰ ਮਾਸ਼ਾਅੱਲਾ ਜਿਹਦੀ ਵਜ੍ਹਾ ਤੋਂ ਜ਼ਿਆਦਾ ਨਾ ਪਰ ਸਹੀ ਤਰ੍ਹਾਂ ਨਜ਼ਰ ਨਹੀਂ ਆ ਰਹੇ ਦੋਸਤੋ ਅੱਖ ਦੇਖੋ ਮਾਸ਼ਾਅੱਲਾ ਠੀਕ ਹੋ ਮਾਸ਼ਾਅੱਲਾ ਜੀ ਅਸਨ ਬਾਈ ਆ ਕਿਹੜਾ ਕਬੂਤਰ ਮਾਸ਼ਾਅੱਲਾ ਦਿਖਾਉਣ ਲੱਗੇ ਸਾਨੂੰ ਤੁਸੀਂ ਨਸਲਾਂ ਦੇ ਭਾਅ ਜੀ ਸਾਨੂੰ ਪਤਾ ਕੋਈ ਨਹੀਂ ਗਾ ਜੀ ਅਤੇ ਉਂਝ ਅਸਾਂ ਇਹਨੂੰ ਸ਼ਾਰਗਾ ਆਉਂਦੇ ਹਾਂ ਅਤੇ ਜਿਹਦੇ ਕੋਲ ਲਾਇਆ ਸੀ ਦੋਸਤ ਕੋਲੋਂ ਉਹਨੇ ਵੀ ਸਾਨੂੰ ਸ਼ਾਰਗੇ ਦਾ ਕਾਇ ਕੇ ਸਾਨੂੰ ਦਿੱਤਾ ਅਤੇ ਇਹਦੇ ਬੱਚਿਆਂ ਦੀ ਮਾਸ਼ਾਅੱਲਾ ਕੀ ਪਰਵਾਜ਼ ਹੈ ਬੱਚੇ ਇਹਦੇ ਭਾਅ ਜੀ ਸਾਨੂੰ ਵੀ ਇਹਦੇ ਤੋਂ ਵੱਧ ਕੋਈ ਜੋੜਾ ਨਹੀਂ ਜੀ ਮਾਸ਼ਾਅੱਲਾ ਦੋਸਤੋ ਦੇਖੋ ਟਾਪ ਦਾ ਆਊਟ ਕਲਾਸ ਜੋੜਾ ਮਾਸ਼ਾਅੱਲਾ ਜਿਹਦੇ ਕਿ ਬੱਚਿਆਂ ਤੋਂ ਕੋਈ ਵਾਧਾ ਨਹੀਂ ਇਸ ਖੁੱਡੇ ਵਿੱਚ ਮਾਸ਼ਾਅੱਲਾ ਅੱਖ ਦਿਖਾਓ ਰਾਣਾ ਸਾਹਿਬ ਮਾਸ਼ਾਅੱਲਾ ਦੋਸਤੋ ਅੱਖ ਦੇਖੋ ਖੁਸ਼ਕ ਮਾਸ਼ਾਅੱਲਾ ਸੁਰਖ ਦੁੰਮ ਦਾ ਬੈਲੈਂਸ ਦੇਖੋ ਮਾਸ਼ਾਅੱਲਾ ਲੋ ਦੋਸਤੋ ਮਾਸ਼ਾਅੱਲਾ ਇੱਕ ਤੁਹਾਨੂੰ ਵੈਸ਼ੀ ਕਬੂਤਰ ਦਾ ਸ਼ੌਕ ਕਰਾਉਣ ਲੱਗਿਆ ਨਰਮਾਦੀ ਦਾ ਔਰ ਬਹੁਤ ਹੀ ਆਊਟ ਕਲਾਸ ਰਿਜ਼ਲਟ ਹੈ ਔਰ ਜਿਹੜੇ ਤੁਹਾਨੂੰ ਅਸੀਂ ਕਬੂਤਰਾਂ ਸ਼ੌਕ ਕਰਾਉਂਦੇ ਹਾਂ ਔਰ ਮਾਸ਼ਾਅੱਲਾ ਉੱਡੇ ਡਾਏ ਨੇ ਛੱਤਾਂ ਦੇ ਕਬੂਤਰ ਕੋਈ ਸ਼ੋਅ ਪੀਸ ਨਹੀਂ ਹੈਗੇ ਜਿਹੜੇ ਕਿ ਲੋਕ ਦਿਖਾਉਂਦੇ ਨੇ ਜਾਂ ਸੇਲ ਕਰਦੇ ਨੇ ਉਹ ਕੰਮ ਨਹੀਂ ਹੈਗਾ ਇਹ ਜਿਹੜੇ ਵੀ ਯਾਰ ਦੋਸਤ ਦੀ ਛੱਤ 'ਤੇ ਤੁਹਾਨੂੰ ਅਸੀਂ ਸ਼ੌਕ ਕਰਾਉਂਦੇ ਜਾ ਕੇ ਔਰ ਮਾਸ਼ਾਅੱਲਾ ਸਾਰੇ ਉਹਨਾਂ ਦੇ ਉੱਡੇ ਉਡਾਏ ਕਬੂਤਰਾਂ ਸ਼ੌਕ ਕਰਾਉਂਦੇ ਹਾਂ ਔਰ ਸ਼ੌਕ ਕਰਾਉਣ ਦਾ ਮਕਸਦ ਹੈ ਕਿ ਜਿਹੜੇ ਕੋਈ ਨਏ ਹਜ਼ਰਾਤ ਯਾਰ ਦੋਸਤ ਜਿਨ੍ਹਾਂ ਨੂੰ ਸ਼ੌਕ ਦਾ ਨਹੀਂ ਪਤਾ ਉਹਨਾਂ ਨੂੰ ਪਤਾ ਲੱਗੇ ਕਿ ਅੱਛੇ ਕਬੂਤਰਾਂ ਦੀ ਕੀ ਕੁਆਲਿਟੀ ਹੁੰਦੀ ਹੈ ਮਾਸ਼ਾਅੱਲਾ ਕਬੂਤਰ ਦੀ ਅੱਖ ਦੇਖੋ ਜੀ ਸਾਜਦ ਬਾਈ ਅੱਖ ਦੇਖੋ ਸਾਰਿਆਂ ਦੀ ਮਾਸ਼ਾਅੱਲਾ ਠੀਕ ਹੋ ਗਿਆ ਵੈਸ਼ੀ ਜੋੜਾ ਮਾਸ਼ਾਅੱਲਾ ਦਾ ਬਹੁਤ ਅੱਛਾ ਰਿਜ਼ਲਟ ਹੈ ਜੀ ਇਹ ਇਹਦੇ ਬੱਚੇ ਸ਼ਾਮ ਸ਼ਾਮ ਬੈਠਦੇ ਆ ਇਹਦੇ ਬਾਜ਼ੀਆਂ 'ਚ ਵੀ ਬੈਠਦੇ ਆ ਅਸੀਂ ਲੋਕਾਂ ਨੇ ਨਾ ਛੱਤਾਂ ਉੱਤੇ ਜਿਹੜੇ ਆ ਨਾ ਅਸੀਂ ਕਬੂਤਰ ਨਾ ਸਾਨੂੰ ਵੇਚਣ ਦਾ ਚਾਹ ਵਰਨਾ ਇਹ ਜਿਹੜੇ ਲਾਹੌਰੀਆਂ ਕੋਲ ਆ ਜਾਂਦੇ ਕਬੂਤਰ ਅਤੇ ਉਹ ਇਹਨਾਂ ਦੇ ਪੰਜ ਪੰਜ ਹਜ਼ਾਰ ਰੁਪਈਆ ਪਰ ਬੱਚੇ ਦਾ ਮੰਗਦੇ ਆ ਨਾ ਕੋਈ ਉਹਨਾਂ ਨੂੰ ਸ਼ਰਮ ਨਾ ਕੋਈ ਹਜ਼ਾਰ ਹੈ ਲੇਕਿਨ ਗੱਲ ਇਹ ਆ ਕਿ ਜਿਹੜੇ ਮਸਲਾਂ ਅਸੀਂ ਲੋਕ ਛੱਤਾਂ ਦੇ ਸ਼ੌਕ ਕਰਨੇ ਆ ਸਾਨੂੰ ਉਡਾਉਣ ਨਾ ਜਿਹੜੇ ਸਾਡੇ ਅੱਛੇ ਪਰਵਾਜ਼ੀ ਆ ਜੇਠ ਦੀਆਂ ਬਾਜ਼ੀਆਂ ਹੁਣ ਟੈਂਪਰੇਚਰ ਦੇ ਵਿੱਚ ਇਹੋ ਜਿਹੇ ਸਾਦੇ ਕਬੂਤਰ ਹੀ ਵੇਖੇ ਫਰੰਟ 'ਤੇ ਆਉਂਦੇ ਕੋਈ ਮਸਾਂ ਗੋਲਡਨ ਨਹੀਂ ਆਉਂਦੇ ਵੇਖੇ ਨਾ ਕੋਈ ਇਹਦੇ ਟੈਡੀ ਆਉਂਦੇ ਵੇਖੇ ਆ ਨਾ ਕਿਸੇ ਦੇ ਦੁੰਬ ਦਿਖਾਓ ਨਾ ਕਿਸੇ ਦੇ ਕਮੱਗਰ ਕਬੂਤਰ ਮਸਾਂ ਸਾਦੇ ਕਬੂਤਰ ਵੇਖੋਗੇ ਜਿਹੜੇ ਅੱਗੇ ਫਰੰਟ 'ਤੇ ਆਉਂਦੇ ਆ ਅਤੇ ਇਹ ਸਾਹੀ ਸਾਦੇ ਕਬੂਤਰ ਤਾਂ ਧਿਆਨ ਵਿਖਾਉਂਦੇ ਸਭ ਪ੍ਰਵਾਜ਼ੀ ਕਬੂਤਰ ਇਹ ਜੋੜੇ ਉੱਡੇ ਡਾਏ ਆ ਠੀਕ ਹੋ ਗਿਆ ਜੀ ਅਸਨ ਬਾਈ ਇਹ ਬਹੁਤ ਸਾਡੇ ਨਾ ਬਹੁਤ ਅੱਛੇ ਆ ਇਹ ਕ੍ਰਾਸ ਦੇ ਕਬੂਤਰ ਹੈ ਸਾਡੇ ਇਹਨਾਂ ਦਾ ਵੀ ਬਹੁਤ ਅੱਛਾ ਰਿਜ਼ਲਟ ਹੈ ਅਤੇ ਇਹ ਵੀ ਬਹੁਤ ਅੱਛੇ ਬੱਚੇ ਉਡਾ ਰਹੇ ਆ ਸਾਡੇ ਜ਼ਿਆਦਾਤਰ ਆਪਣੇ ਘਰ ਦੇ ਬੱਚੇ ਪੈਂਦੇ ਸਾਡੇ ਪੱਠੀਆਂ ਪੱਠੇ ਬਣਾ ਕੇ ਅਸੀਂ ਆਪਣੀ ਬਾਜ਼ੀਆਂ ਪਾਉਂਦੇ ਨਾ ਅਸੀਂ ਕਿਸੇ ਕੋਲ ਖਰੀਦ ਕੇ ਲਿਆਉਂਦੇ ਹਾਂ ਅਤੇ ਨਾ ਅਸੀਂ ਸਾਨੂੰ ਖਰੀਦੇ ਸਾਡੇ ਆਪਣੇ ਮਾਸ਼ਾਅੱਲਾ ਬਹੁਤ ਅੱਛੇ ਇਹਨਾਂ ਦੇ ਰਿਜ਼ਲਟ ਜਿਹੜੇ ਕਬੂਤਰ ਹੈ ਇਹ ਰਾਣਾ ਜੀ ਇਹਦਾ ਹੀ ਪੱਠਾ ਤੁਹਾਡੇ ਟੂਰਨਾਮੈਂਟ ਦੇ ਵਿੱਚ 5:30 ਵਜੇ ਜਿਹੜਾ ਬੈਠਾ ਸੀ ਸਲਾਰਾ ਮਾਸ਼ਾਅੱਲਾ ਇਹਦੇ ਪੱਠੀਆਂ ਪੱਠੇ ਦੇ ਸ਼ਾਮ ਤੱਕ ਰਿਜ਼ਲਟ ਅਸੂ ਵਿੱਚ ਸ਼ਾਮ ਸ਼ਾਮ ਤੱਕ ਬਹਿੰਦੇ ਹਨੇਰੇ 'ਚ ਬਹਿੰਦੇ ਆ ਮਾਸ਼ਾਅੱਲਾ ਦੇਖੋ
ਮਾਸ਼ਾਅੱਲਾ 19 ਨੰਬਰ ਜੋੜਾ ਜੀ ਜੀ ਅਸਨ ਬਾਈ ਦੋਸਤੋ ਇਹ ਮਾਦੀ ਉਹਦੇ ਨਾਲ ਲਾਈ ਦੀ ਉਸ ਨਾਜਰਾ ਤੁਹਾਨੂੰ ਪਹਿਲੇ ਸ਼ੌਕ ਕਰਵਾਇਆ ਮਾਸ਼ਾਅੱਲਾ ਤੇ ਇਹਨਾਂ ਦਾ ਮਾਸ਼ਾਅੱਲਾ ਬਹੁਤ ਅੱਛਾ ਰਿਜ਼ਲਟ ਹੈ ਸਾਡੇ ਕੋਲ ਬਾਈ ਮੈਂ ਉਡਾਨਾ ਵੀ ਇਹ ਮਾਦੀ ਹਾਂਜੀ ਉਹ ਦੋਸਤੋ ਮਾਸ਼ਾਅੱਲਾ ਮਾਦੀ ਬਾਦੀਆਂ 'ਚ ਉਡਾਉਂਦੇ ਵੀ ਨੇ ਔਰ ਬਾਅਦ ਵਿੱਚ ਜੋੜੇ ਵੀ ਡਾ ਲੈਂ ਜੋੜਿਆਂ 'ਚ ਪਾ ਲੈਂਦੇ ਨੇ ਮਾਸ਼ਾਅੱਲਾ ਬੱਚੇ ਲੈਂਦੇ ਨੇ ਉਹਨਾਂ ਦੇ ਔਰ ਬੱਚੇ ਵੀ ਬਾਦੀਆਂ 'ਚ ਉੱਡਦੇ ਨੇ ਮਾਸ਼ਾਅੱਲਾ ਲਓ ਦੋਸਤੋ ਮਾਸ਼ਾਅੱਲਾ ਜਿਹੜੇ ਤੁਹਾਨੂੰ ਦਿਖਾਏ ਨੇ ਬ੍ਰੀਡਰ ਸੈਟਅਪ ਸੀ ਔਰ ਮਾਸ਼ਾਅੱਲਾ ਪਰਵਾਜ਼ੀ ਕਬੂਤਰਾਂ ਸੈਟਅਪ ਹੈ ਔਰ ਤੁਹਾਨੂੰ ਇਹਨਾਂ ਦਾ ਸ਼ੋਅ ਕਰਾਉਂਦੇ ਹਾਂ ਜਿਹੜੇ ਕਿ ਮਾਸ਼ਾਅੱਲਾ ਦੇਖੋ ਅੱਸੂ ਵਾਸਤੇ ਨਾ ਪਰ ਪਟਾਈ ਟਾਈਮ ਨਾਲ ਕਰਦੇ ਸੀ ਕਬੂਤਰ ਸਾਰੇ ਹੋ ਗਏ ਨੇ ਮਾਸ਼ਾਅੱਲਾ ਇਹਨਾਂ ਦੇ ਔਰ ਇਹ ਸਾਰੇ ਅੱਸੂ ਦੀਆਂ ਬਾਜ਼ੀਆਂ 'ਚ ਉੱਡਣਗੇ ਇਨਸ਼ਾਅੱਲਾ ਦੇਖੋ ਔਰ ਇਹ ਸਾਰੇ ਹੀ ਮਾਸ਼ਾਅੱਲਾ ਇਹਨਾਂ ਦੇ ਪਰਵਾਜ਼ੀ ਕਬੂਤਰ ਨੇ ਐਸਨ ਬਾਈ ਹੁਣ ਤੁਹਾਨੂੰ ਜਿਹੜੇ ਤੁਹਾਡੇ ਆਊਟ ਕਲਾਸ ਬਾਦੀਆਂ 'ਚ ਮਾਸ਼ਾਅੱਲਾ ਸ਼ਾਮ ਦੀਆਂ ਪਰਵਾਜ਼ਾਂ ਕਰਾਈਆਂ ਨੇ ਉਹਨਾਂ ਦਾ ਕੋਈ ਦੋਵਾਂ ਦਾ ਸ਼ੌਕ ਕਰਾਓ ਸਾਨੂੰ ਜੀ ਬਾਈ ਸਾਡਾ ਜਿਹੜਾ 5 ਨੰਬਰ ਕਬੂਤਰ ਹੈ ਠੀਕ ਹੈ ਮਾਸ਼ਾਅੱਲਾ ਸਾਡਾ ਬੱਚਿਆਂ ਤੋਂ ਬਾਦੀਆਂ 'ਚ ਉੱਡਦਾ ਆ ਰਿਹਾ ਅਤੇ 2-3 ਨੇਰ ਖਾ ਕੇ ਵੀ ਵਾਪਸ ਆਇਆ ਮਾਸ਼ਾਅੱਲਾ ਇਹ ਸਾਡਾ 5 ਦਿਖਾਓ ਘਰ ਦਾ ਪੱਠਾ ਹੈ ਜੀ ਇਹ ਵੀ ਮਾਸ਼ਾਅੱਲਾ ਜੀ ਅਸਨ ਬਾਈ ਇਹ ਕਿਹੜਾ ਕਬੂਤਰ ਦਿਖਾਉਣ ਲੱਗੇ ਹੁਣ ਤੁਸੀਂ ਇਹ ਸਾਡਾ ਦੂਸਰਾ ਕਬੂਤਰ ਹੈ ਜੀ ਜ਼ੀਰਾ ਇੱਕ ਮਾਸ਼ਾਅੱਲਾ ਇਹਦੀ ਕੀ ਪਰਵਾਜ਼ਾਂ ਨੇ ਇੰਨੀਆਂ ਜੀ 3-3.5 ਜੇਠ ਦੇ ਵਿੱਚ ਜਿਹੜੇ ਨਾ ਬਾਜ਼ੀ ਦੇ ਦੌਰਾਨ ਮਾਸ਼ਾਅੱਲਾ ਅੱਖ ਦਿਖਾਓ ਜੀ ਟੈਂਪਰੇਚਰ ਦੇ ਵਿੱਚ ਲਓ ਦੋਸਤੋ ਇਹ ਉਹ ਕਬੂਤਰ ਦਿਖਾਏ ਜਾ ਰਹੇ ਨੇ ਤੁਹਾਨੂੰ ਕਿਹੜੇ ਬਾਜ਼ੀਆਂ 'ਚ ਮੋਹਰਾਂ ਲੈ ਕੇ ਉੱਡਦੇ ਨੇ ਔਰ ਟੈਂਪਰੇਚਰ 'ਚ ਮਾਸ਼ਾਅੱਲਾ 45-46-47 ਦੇ ਵਿੱਚ ਮਾਸ਼ਾਅੱਲਾ ਵਿੱਚ ਸਾਡੇ ਘਰ ਦੇ ਪੱਠੀਆਂ ਪੱਠੇ ਨੇ ਇਹ ਉਹ ਤੁਹਾਨੂੰ ਅੱਗੇ ਜੋੜਾ ਦਿਖਾਇਆ ਟੈਡੀ ਇਹ ਉਹਦਾ ਪੱਠਾ ਇਹ ਵੀ ਸਾਡੇ ਘਰ ਦਾ ਹੈ ਲਓ ਦੋਸਤੋ ਇਹ ਸਾਰਾ ਸੈਟਅਪ ਸੀ ਅਸਨ ਬਾਈ ਦਾ ਔਰ ਮਾਸ਼ਾਅੱਲਾ ਬ੍ਰੀਡਰ ਕਬੂਤਰਾਂ ਦਾ ਵੀ ਸ਼ੌਕ ਕਰਾਇਆ ਤੁਹਾਨੂੰ ਔਰ ਪਰਵਾਜ਼ੀ ਕਬੂਤਰਾਂ ਦਾ ਵੀ ਸ਼ੌਕ ਕਰਾਇਆ ਔਰ ਇਹ ਸਾਰੇ ਮਾਸ਼ਾਅੱਲਾ ਆਪਣੇ ਘਰ ਦੇ ਬੱਚੇ ਕੁੜਾਉਂਦੇ ਨੇ ਔਰ ਉਡਾਉਂਦੇ ਨੇ ਇੱਕ ਇਹ ਸਾਡਾ ਜੀ ਵਿਨਰ ਕਬੂਤਰ ਹੈ ਮਾਸ਼ਾਅੱਲਾ ਦੋਸਤੋ ਦੇਖੋ ਕਬੂਤਰ ਦਾ ਕਿੰਨਾ ਪਿਆਰਾ ਮਾਸ਼ਾਅੱਲਾ ਲਓ ਦੋਸਤੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੇਗੀ ਔਰ ਜਿਹੜੇ ਦੋਸਤ ਵੇਖਦੇ ਨੇ ਵੀਡੀਓ ਕਮੈਂਟ ਕਰਨਾ ਕਮੈਂਟ ਦੇ ਵਿੱਚ ਸਾਨੂੰ ਦੱਸਿਆ ਕਰਨ ਕਿਹੜੀ ਚੀਜ਼ ਕੋਈ ਐਸੀ ਚੀਜ਼ ਕਈ ਵਾਰ ਦੋਸਤਾਂ ਨੂੰ ਅੱਛੀ ਨਹੀਂ ਵੀ ਲੱਗਦੀ ਉਹ ਕਮੈਂਟ 'ਚ ਸਾਨੂੰ ਦੱਸ ਦੇਣ ਕਿ ਕਿਹੜੀ ਚੀਜ਼ ਨਹੀਂ ਜਾਂ ਕਿਹੜੀ ਚੀਜ਼ ਪਸੰਦ ਹੈ ਅਸੀਂ ਉਹਦੇ ਵਾਸਤੇ ਵੀ ਅੱਗੋਂ ਨਈ ਵੀਡੀਓ ਉਹਦੇ ਵਾਸਤੇ ਬਣਾਵਾਂਗੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੇਗੀ ਅਸਲਾਮ ਅਲੈਕੁਮ